ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਿਊਜ਼ੀਲੈਂਡ ਤੋਂ ਬੋਲ ਰਿਹਾ ਭਾਜੀ, ਵਾਈਕਾਟ ਤੋਂ। ਹਾਂਜੀ। ਤੇ ਮੈਂ ਤੁਹਾਡਾ ਪਹਿਲੀ ਵਾਰ ਕਾਲ ਲਾਈ ਆ ਤੇ ਬਹੁਤ ਵਧੀਆ ਲੱਗਿਆ। ਤੇ ਮੈਂ ਇੱਕ ਗੱਲ ਕਹਿਣੀ ਸੀਗੀ, ਤੇ ਜਿੱਦਾਂ ਆਪਾਂ ਕੋਈ ਵੀ ਜਦੋਂ ਜਵਾਕ ਛੋਟਾ ਜੰਮਦਾ ਹਨਾ, ਤੇ ਜੇ ਆਪਾਂ ਉਹਨੂੰ ਕਿਤੇ ਬਾਹਰ ਛੱਡਈਏ ਜਿੱਥੇ ਕੋਈ ਲੋਕ ਨਾ ਹੋਣ, ਕਮਿਊਨਿਟੀ ਨਾ ਹੋਣ, ਜਿੱਦਾਂ ਜੰਗਲ, ਜਿੱਦਾਂ ਮੋਗਲੀ ਸੀਗਾ ਹਨਾ, ਹਾਂਜੀ, ਉਹ ਕਿਹੜਾ ਧਰਮ ਅਡੋਪਟ ਕਰੂਗਾ ਹਨਾ? ਹਾਂਜੀ, ਉਹਨੇ ਜਿਹੜਾ ਉਹਦੇ ਆਲੇ ਦੁਆਲੇ ਆ ਹਨਾ, ਉਹਨੇ ਉਹ ਅਡੋਪਟ ਕਰਨਾ, ਜਾਨਵਰਾਂ ਨਾਲ ਆੜੀ ਹੋਣੀ, ਜਿੱਦਾਂ ਉਹਦਾ ਕਹਿੰਦੇ ਹੁੰਦੀ ਬਗੀਰਾ ਉਹਦਾ ਆੜੀ ਆ ਹਨਾ, ਉਹਨੇ ਖਾਣਾ ਪੀਣਾ ਉਹਦਾ ਮਾਸ ਮੀਟ ਹੋਣਾ। ਤੇ ਜਦੋਂ ਹੁਣ ਆਪਾਂ ਪੰਜਾਬ ਚ ਜੰਮੇ ਆ, ਸਿੱਖ ਕਮਿਊਨਿਟੀ ਚ ਜੰਮੇ ਆ, ਆਪਾਂ ਨੂੰ ਪਰਿਵਾਰ ਨੇ ਆਪਣੇ ਤੋਂ ਉੱਤੇ ਹਨਾ ਵੀ ਇੱਦਾਂ ਤੇਰਾ ਸਿੱਖ ਧਰਮ ਆ, ਤੂੰ ਛੋਟਾ ਬੱਚਾ ਤੂੰ, ਆਪਾਂ ਹਨਾ ਗੁਰਦੁਆਰੇ ਸਾਹਿਬ ਗਏ, ਉੱਥੋਂ ਆਪਾਂ ਸਿੱਖ ਧਰਮ ਅਡੋਪਟ ਕੀਤਾ। ਪਰ ਜਦੋਂ ਆਪਾਂ ਦਸਾਂ ਗੁਰੂਆਂ ਦੀ, ਆਪਣੇ ਜਿਹੜੇ ਦਸਾਂ ਗੁਰੂਆਂ ਦਾ ਲਾਈਫ ਸਟਾਈਲ ਲਾਈਏ, ਉਹ ਹਰ ਇੱਕ ਗੁਰੂ ਦਾ ਵੱਖਰਾ ਸੀਗਾ। ਤੇ ਉਹ ਸੀਗਾ ਜਮਾਨੇ ਦੇ ਨਾਲ, ਗੁਰੂ ਨਾਨਕ ਦੇਵ ਜੀ ਦੇ ਜਮਾਨੇ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਸੀਗੇ ਹਨਾ, ਪੁੱਠੀਆਂ ਸਿੱਧੀਆਂ ਗੱਲਾਂ ਮੰਨਦੇ ਸੀਗੇ, ਉਹਨਾਂ ਦੇ ਅਗੇਂਸਟ ਹੋਏ, ਉਹਨਾਂ ਨੇ ਹਨਾ, ਉਹਨਾਂ ਨੂੰ ਬਹੁਤ ਔਖਾ ਵੀ ਹੋਇਆ ਹਨਾ। ਜਦੋਂ ਦੋਨੋਂ ਤੁਸੀਂ ਪੂਰੀ ਕਮਿਊਨਿਟੀ ਦੇ ਅਗੇਂਸਟ ਜਾਂਦੇ ਹੋ, ਤੁਹਾਨੂੰ ਸਹਿਣਾ ਪੈਂਦਾ, ਬਹੁਤ ਗਾਲਾਂ ਸਹਿਣੀਆਂ ਪੈਂਦੀਆਂ, ਬਹੁਤ ਕੁਝ ਸਹਿਣਾ ਪੈਂਦਾ, ਬੇਸ਼ੱਕ। ਪਰ ਉਹਨਾਂ ਨੇ ਗੱਲ ਆਪਣੇ ਤਰਕ ਦੀ ਕੀਤੀ, ਵੱਖਰੇ ਲੋਕ ਜੁੜੇ, ਸਿੱਖ ਧਰਮ ਉਦੋਂ ਵੱਖਰਾ ਬਣਿਆ ਸੀ ਨਾ, ਤੇ ਕਿਉਂ ਵੱਖਰੇ ਲੋਕ ਜੁੜੇ। ਹੁਣ ਜਿੱਦਾਂ ਤੁਸੀਂ ਗੱਲ ਕਹਿੰਦੇ ਹੋ ਹਨਾ, ਤੁਸੀਂ ਕੋਈ ਗੱਲ ਸਹੀ ਕਹਿੰਦੇ ਆ ਤਾਂ ਇੱਕ ਬੰਦੇ ਨੂੰ ਸਹੀ ਲੱਗੀ, 100 ਨੂੰ ਨਹੀਂ ਸਹੀ ਲੱਗੀ, ਇਹਦਾ ਮਤਲਬ ਆਪਾਂ ਇਹ ਨੀ ਕਿਹਾ ਵੀ 100 ਬੰਦਾ ਸਹੀ ਹੈ ਨਾ, ਇੱਕ ਬੰਦਾ ਗਲਤ। ਤੇ ਜਦੋਂ ਆਪਾਂ 6ਵੇਂ ਗੁਰੂ ਹੋਏ ਆ, ਉਦੋਂ ਥੋੜਾ ਰਾਜਿਆਂ ਦਾ ਦੌਰ ਚੱਲ ਗਿਆ ਸੀਗਾ, ਉਦੋਂ ਹਥਿਆਰ ਚੱਲੇ ਹਨਾ, ਉਦੋਂ ਚੱਕਣੇ ਪਏ ਹੁਣ, ਠੀਕ। ਤੇ ਹੁਣ ਜਮਾਨਾ ਫੇਰ ਉਹੀ ਆ ਗਿਆ ਵੀ ਹੁਣ ਹਥਿਆਰਾਂ ਦੀ ਲੋੜ ਨਹੀਂ ਹੈਗੀ, ਹੁਣ ਆਪਣਾ ਧਰਮ ਤੁਸੀਂ ਇੱਦਾਂ ਨਾ ਪ੍ਰਮੋਟ ਕਰੋ ਵੀ ਅਸੀਂ ਇੱਕ ਹਥਿਆਰ ਲੈਸ ਬੰਦੇ ਆ ਹਨਾ। ਇੱਥੇ ਜਦੋਂ ਆਪਾਂ ਗੋਰਿਆਂ ਚ ਰਹਿੰਦੇ ਹਾਂ, ਕਈ ਵਾਰ ਗੋਰਿਆਂ ਨਾਲ ਵੀ ਹਨਾ ਗੱਲਾਂ ਬਾਤਾਂ ਹੁੰਦੀਆਂ, ਉਹ ਆਪਾਂ ਨੂੰ ਕੁਸ਼ਚਨ ਪੁੱਛਦਾ ਵੀ ਤੇਰਾ ਧਰਮ ਆ ਤੂੰ ਕਿਉਂ ਮੰਨਦਾ, ਕੀ ਗੱਲਾਂ ਸਹੀ ਨੇ ਹਨਾ, ਤੁਹਾਡੇ ਇੱਦਾਂ ਹੋਇਆ। ਆਪਣੇ ਇੰਡੀਆ ਧਰਮ ਬੇਸ ਤੇ ਆ, ਹਰ ਇੱਕ ਬੰਦਾ ਧਰਮ ਤੇ ਕੱਟੜਾ, ਹਰ ਇੱਕ ਆਪ ਚ ਲੜੀ ਜਾਂਦੇ ਆ, ਉਹਨੇ ਇਹ ਕਹਿਤਾ, ਉਹਨੇ ਇਹ ਕਹਿਤਾ ਹਨਾ, ਲੋਕ ਗਰੀਬ ਆ, ਹੁਣ ਕਿੰਨੀ ਭੁੱਖ ਮਰੀ ਆ। ਜਿਹਨਾਂ ਦੇਸ਼ਾਂ ਚ ਧਰਮ ਨਹੀਂ ਹੈਗਾ, ਉਹ ਦੇਸ਼ ਅੱਜ ਸਕਸੈਸਫੁਲ ਆ, ਲਾਈਫ ਸਟਾਈਲ ਉਹਨਾਂ ਦਾ ਬਹੁਤ ਵਧੀਆ ਹਨਾ, ਉੱਥੇ ਕੋਈ ਉਹ ਨੀ। ਤੇ ਹੁਣ ਇਹ ਇੱਦਾਂ ਵੀ ਤੁਸੀਂ, ਮੈਂ ਤੁਹਾਨੂੰ ਬਸ ਤੁਹਾਡੀ ਐਪਰੀਸ਼ੀਏਟ ਕਰਨਾ ਚਾਹੁੰਦਾ ਸੀਗਾ ਵੀ ਬਹੁਤ ਵਧੀਆ, ਜੇ ਤੁਹਾਡੇ ਕੋਈ ਅੰਗੇਜ਼ ਜਾਂਦਾ ਤਾਂ ਉਹਦਾ ਕੋਈ ਚੱਕਰ ਨੀ ਹਨਾ, ਜੇ ਤੁਹਾਨੂੰ ਕੋਈ ਪਤਾ ਵੀ ਜਿਹੜੇ ਲੋਕ ਸਹੀ ਆ ਉਹਨਾਂ ਨੇ ਹਮੇਸ਼ਾ ਨਾਲ ਹੀ ਰਹਿਣਾ, ਉਹਨਾਂ ਨੂੰ ਪਤਾ, ਉਹਨਾਂ ਨੇ ਤਰਕ ਦੀ ਗੱਲ ਕਰਨੀ ਹੈ ਵੀ ਹਾਂ ਇੱਦਾਂ ਕਿਉਂ ਹੋਇਆ, ਤੇ ਅਸੀਂ ਨਾਲ ਰਹਿਣਾ। ਬੇਸ਼ੱਕ ਜੀ, ਬੇਸ਼ੱਕ। ਹਾਂਜੀ ਹਾਂਜੀ, ਥੈਂਕ ਯੂ ਵੀਰੇ। ਹਾਂਜੀ ਹਾਂਜੀ, ਓਕੇ ਜੀ, ਓਕੇ, ਥੈਂਕ ਯੂ। ਸਾਡੇ ਨਾਲ ਵਟਸਐਪ ਤੇ ਇੱਕ ਸਰੋਤੇ ਆ ਜੀ, ਹਾਂ ਸਵਾਗਤ ਹੈ ਜੀ ਤੁਹਾਡਾ ਵਟਸਐਪ ਤੋਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਲੁਧਿਆਣੇ ਤੋਂ ਬੋਲਦਾ ਜੀ ਮੈਂ, ਤੇ ਇੱਕ ਦਿੱਲੀ ਤੋਂ ਸਰੋਤੇ ਆਏ ਸੀਗੇ ਜੀ, ਉਹਨਾਂ ਬਾਰੇ ਗੱਲ ਕਰਨੀ ਸੀਗੀ ਜੀ ਮੈਂ। ਹਾਂਜੀ ਹਾਂਜੀ, ਉਹਨਾਂ ਨੇ ਮਤਲਬ ਇੱਕ ਕਬੀਰ ਸਾਹਿਬ ਦੀ ਪੰਕਤੀ ਸੁਣਾਈ ਸੀਗੀ ਜੀ, ਮਤਲਬ ਨਿਤ ਮੇਂਢ ਘਨਾਵੇ ਵਾਲੀ। ਹਾਂਜੀ ਹਾਂਜੀ ਸਰ, ਮੈਂ ਤਾਂ ਇਹ ਕਹਿਣਾ ਚਾਹੁੰਦਾ ਮਤਲਬ ਜਿਹੜਾ ਇਹ ਨਿਤ ਮੇਂਢ ਘਨਾਵੇ, ਉਹ ਸਿਰਫ ਉਹਨਾਂ ਨੇ ਗੰਗਾ ਵਾਸਤੇ ਨੀ ਕਿਹਾ ਸੀਗਾ ਜੀ, ਸਰੋਵਰਾਂ ਬਾਰੇ ਵੀ ਕਿਹਾ ਸੀ। ਹਾਂਜੀ, ਉਹ ਗੰਗਾ ਬਾਰੇ ਨੀ ਕਿਹਾ ਸੀ, ਉਹ ਇਹਦੇ ਬਾਰੇ ਵੀ ਕਿਹਾ ਸੀਗਾ ਵੀ ਆਪਾਂ ਜਾਂਦੇ ਆ ਤਾਂ ਦੋਨੇ ਗੋਡੇ ਹੇਠਾਂ ਮੂਧੇ ਮਾਰ ਕੇ ਹੱਥ ਜੋੜ ਕੇ ਬਹਿੰਦੇ ਆ, ਨੱਕ ਨਾਲ ਲਕੀਰਾਂ ਕੱਢਦੇ ਆ, ਤੇ ਉਦੋਂ ਬਾਅਦ ਚ ਪਰਿਕਰਮਾ ਕਰਕੇ ਆ ਕੇ ਬਹਿੰਦੇ ਆ, ਉਹ ਵੀ ਸਾਰਾ ਨਹਾਉਣਾ ਹੀ ਹੋ ਗਿਆ ਜੀ। ਹਾਂਜੀ ਹਾਂਜੀ ਹਾਂਜੀ, ਨਹੀਂ ਹੁਣ ਤਾਂ ਅਸੀਂ ਤਾਂ ਸਿੱਧੇ ਸਰੋਵਰਾਂ ਚ ਨਹਾਉਣ ਲੱਗੇ ਹਾਂ ਉੱਥੇ ਨਾਲੋਂ, ਹਾਂਜੀ ਸਰ, ਮਤਲਬ ਇਹੀ ਆ, ਮਤਲਬ ਇਹ ਤਾਂ ਕਹਿਣ ਦਾ ਮਤਲਬ ਮੇਰਾ ਇਹੀ ਸੀਗਾ ਵੀ ਸਿਰਫ ਕੱਲੀ ਗੰਗਾ ਵਾਸਤੇ ਨੀ ਸੀਗਾ ਜੀ ਉਹ, ਕੋਈ ਸ਼ੱਕ ਨੀ ਜੀ ਇਹਦੇ ਵਿੱਚ, ਬਿਲਕੁਲ ਕਲੀਅਰ। ਹਾਂਜੀ ਥੈਂਕ ਯੂ ਜੀ। 107 ਤੇ ਤੁਸੀਂ ਆਉਂਦੇ ਹੋ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਪ੍ਰਦੀਪ ਸ਼ਰਮਾ ਬੋਲਦਾ ਆਸਟ੍ਰੇਲੀਆ ਤੋਂ। ਹਾਂਜੀ ਹਾਂਜੀ, ਮੈਨੂੰ ਭਾਜੀ 3 ਸਾਲ ਹੋ ਗਏ ਤੁਹਾਡਾ ਰੇਡੀਓ ਸੁਣਦੇ ਨੂੰ। ਹਾਂਜੀ, ਤੇ ਅੱਜ ਤੁਹਾਨੂੰ ਫੋਨ ਕੀਤਾ ਇੱਕ ਹਿੰਦੂ ਵੀਰ ਨੇ, ਪੰਕਜ ਸੀ ਸ਼ਾਇਦ ਨਾਮ, ਸ਼ਾਇਦ, ਹਾਂਜੀ। ਮੈਂ ਉਹਨਾਂ ਨੂੰ ਇੱਕ ਜਵਾਬ ਦੇਣਾ ਚਾਹੁੰਦਾ। ਹੈਲੋ, ਹਾਂਜੀ ਹਾਂਜੀ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਰੇਡੀਓ ਵਿਰਸਾ, ਇਹ ਕਿਸੇ ਧਰਮ ਦੇ ਖਿਲਾਫ ਨੀ ਬੋਲਦਾ, ਨਾ ਹਿੰਦੂ ਦੇ ਨਾ ਸਿੱਖ ਦੇ, ਉਹ ਸਿਰਫ ਇੱਕ ਆਮ ਜ਼ਿੰਦਗੀ ਦੇ ਵਿੱਚ ਜਿਹੜੇ ਤਜਰਬੇ ਆ ਜਾਂ ਜ਼ਿੰਦਗੀ ਕਿੱਦਾਂ ਜੀਣੀ ਚਾਹੀਦੀ ਉਹਦੇ ਬਾਰੇ ਗੱਲ ਕਰਦਾ, ਨਾ ਕਿ ਕਿਸੇ ਹਿੰਦੂ ਦੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ। ਉਹਦੇ ਵਿੱਚ ਜਿੱਦਾਂ ਮੇਰਾ ਸੁਣਨ ਦਾ ਮਕਸਦ ਨਾ ਮੇਰਾ ਕੋਈ ਧਰਮ ਦੇ ਨਾਲ ਲੈਣਾ ਦੇਣਾ, ਸਿਰਫ ਜਿਹੜਾ ਤੁਹਾਡਾ ਜ਼ਿੰਦਗੀ ਦਾ ਤਜਰਬਾ ਜਾਂ ਤੁਸੀਂ ਕਪੂਰ ਦੀਆਂ ਜਿਹੜੀਆਂ ਗੱਲਾਂ ਐਗਜ਼ਾਮਪਲ ਦੇ ਤੌਰ ਤੇ ਦੱਸਦੇ ਆ ਨਾ, ਹਾਂਜੀ, ਸਿਰਫ ਉਹਨਾਂ ਕਰਕੇ ਮੈਂ ਸੁਣਦਾ ਜੀ ਇਹਨੂੰ ਰੇਡੀਓ ਵਿਰਸੇ। ਤੇ ਹਿੰਦੂ ਵੀਰਾਂ ਨੂੰ ਵੀ ਇਹ ਅਪੀਲ ਆ ਵੀ ਤੁਸੀਂ
ਉਹਨਾਂ ਚੀਜ਼ਾਂ ਤੇ ਗੌਰ ਕਰਕੇ ਉਹ ਜਿਹੜਾ ਕਪੂਰ ਦਾ ਤਜਰਬਾ ਜਾਂ ਉਹਦੀਆਂ ਚੀਜ਼ਾਂ ਉਹਨੂੰ ਸੁਣਨ ਦੇ ਲਈ ਹੀ ਰੇਡੀਓ ਵਿਰਸਾ ਸੁਣਿਆ ਕਰੋ। ਬਾਕੀ ਇਹਨਾਂ ਦਾ ਆਪਸ ਚ ਜੋ ਹੈਗਾ ਉਸ ਹਿਸਾਬ ਨਾਲ ਇਹ ਗੱਲ ਕਰਦੇ ਆਪਣੇ ਧਰਮ ਦੀ, ਇਹਨਾਂ ਨੂੰ ਕਰਨ ਦਿਓ, ਆਪਾਂ ਇਹਨਾਂ ਚੋਂ ਕੁਛ ਨੀ ਲੈਣਾ ਦੇਣਾ। ਨਹੀਂ ਉਹਨਾਂ ਉਹ ਵੀ ਵੀਰੇ ਗੱਲ ਇੱਦਾਂ ਨਾ, ਜਿਹੜੀ ਮਨੌਤ, ਮੈਂ ਕਹਿੰਦਾ ਪੜ੍ਹਿਆ ਲਿਖਿਆ ਹਿੰਦੂ ਜਿਹੜਾ ਨਾ ਉਹ ਮਨੌਤਾਂ ਦੇ ਨਾਲ ਨਹੀਂ ਸਹਿਮਤ ਹੋ, ਜਿੱਦਾਂ ਸ਼ਿਵਲਿੰਗ ਦੀ ਗੱਲ ਆ, ਬਨਾਰਸ ਦੇ ਵਿੱਚ ਆਰਾ ਸੀਗਾ ਜਿਹੜਾ ਕਰਵੱਤਰ ਆਰਾ ਸੀਗਾ, ਜਿਹੜੀਆਂ ਗੱਲਾਂ ਉਸ ਵੇਲੇ 400-500 ਸਾਲ ਪਹਿਲਾਂ ਜਿਸ ਤਰ੍ਹਾਂ ਸੀਆਂ ਉਹਨੂੰ ਕੋਈ ਵੀ ਕਬੂਲ ਨਹੀਂ ਕਰ ਸਕਦਾ। ਉਹ ਉਹ ਪੁਜਾਰੀ ਤਾਂ ਨਾਲੇ ਜਿਹੜਾ ਦੇਖੋ ਜਿਹੜਾ ਪੁਜਾਰੀ ਆ ਨਾ, ਜਿਹੜਾ ਰੱਬ ਦੇ ਨਾਂ ਦੇ ਉੱਤੇ ਠੱਗੀ ਮਾਰਨੀ ਚਾਹੁੰਦਾ ਉਹ ਕਿਸੇ ਦਾ ਸਕਾ ਨਹੀਂ ਹੋ ਸਕਦਾ। ਭਾਜੀ ਗੱਲ ਏਦਾਂ ਸੀ ਵੀ ਮੈਂ ਵੀ ਸ਼ਰਮਾ, ਪ੍ਰਦੀਪ ਸ਼ਰਮਾ ਮੇਰਾ ਨਾਮ ਆ, ਸਾਨੂੰ ਪਤਾ ਸਾਡੇ ਘਰਦਿਆਂ ਨੇ ਕਿਹਾ ਵੀ ਇਹਨੂੰ ਮੱਥਾ ਟੇਕਣਾ ਅਸੀਂ ਟੇਕ ਦਿੰਨੇ ਆ, ਪਰ ਸਾਡੇ ਅੰਦਰੋਂ ਜਿਹੜੀ ਕਾਮਨ ਸੈਂਸ ਆ ਸਾਨੂੰ ਇਹ ਕਹਿੰਦੀ ਆ ਵੀ ਕੋਈ ਜਿਵੇਂ ਹੁਣ ਮੰਗਲਵਾਰ ਆ, ਕਿਸੇ ਨੇ ਮੰਗਲਵਾਰ ਬਣਾ ਤਾ, ਦਾਰੂ ਨੀ ਪੀਣੀ, ਬਾਲ ਨੀ ਕਟਾਣੇ, ਉਹ ਨੀ ਕਟਾਣੇ, ਉਹ ਸਿਰਫ ਕੀ ਆ ਇੱਕ ਡਰਾਮੇਬਾਜ਼ੀ ਆ ਆਪਣੇ ਆਪ ਸਹੂਲਤਾਂ ਦੇ ਹਿਸਾਬ ਨਾਲ ਬੰਦੇ ਨੇ ਉਹ ਚੀਜ਼। ਹੁਣ ਸਾਨੂੰ ਮੰਗਲਵਾਰ ਦੀ ਛੁੱਟੀ ਹੁੰਦੀ, ਅਸੀਂ ਮੰਗਲਵਾਰ ਦਾਰੂ ਪੀਣੀ, ਡਰਿੰਕ ਕਰਦੇ, ਠੀਕ ਆ, ਹਜੇ ਕਿ ਅਸੀਂ ਪੰਡਤ ਆ, ਇਹ ਕੋਈ ਚੀਜ਼ ਨੀ। ਉਹਨਾਂ ਨੇ ਆਪਣੀ ਆਪਣੀ ਜਿਸ ਬੰਦੇ ਨੂੰ ਜਿੱਦਾਂ ਦੀ ਸਹੂਲਤ ਆ ਉਸ ਹਿਸਾਬ ਨਾਲ ਦਿਨ ਬਣਾ ਲਏ ਹੋਏ, ਜਿਹਦੇ ਵਿੱਚ ਕੋਈ ਉਹ ਨੀਗਾ, ਤੇ ਇੱਕ ਸਿਰਫ ਕਾਮਨ ਸੈਂਸ ਦੀ ਗੱਲ ਆ ਜਿਹੜਾ ਰੇਡੀਓ ਵਿਰਸਾ ਕਰਦਾ। ਧਰਮ ਦੇ ਖਿਲਾਫ਼ ਨੀ ਕੋਈ ਕੁਛ ਨੀ, ਇਹ ਸਿਰਫ ਆਪਣੇ ਇੱਕ ਦੂਜੇ ਨੂੰ ਸੁਣ ਕੇ ਆਪਣੀ ਫਿਲੋਸਫੀ ਜਿਹੜੀ ਹੈਗੀ ਆ ਕੱਢ ਲੈਂਦੇ ਆ। ਤੇ ਇੱਕ ਮੈਂ ਆਪਣਾ ਦਿੱਲੀ ਵਾਲੇ ਭਾਜੀ ਨੇ ਤੁਹਾਨੂੰ ਫੋਨ ਕੀਤਾ ਸੀਗਾ ਹਿੰਦੂ ਵੀਰ ਨੂੰ ਜਵਾਬ ਦੇਣ ਦੇ ਲਈ, ਹਾਂਜੀ, ਉਹਨਾਂ ਨੂੰ ਮੇਰਾ ਇੱਕ ਸੁਨੇਹਾ ਵੀਰ, ਸਾਰਿਆਂ ਨਾਲੋਂ ਜ਼ਿਆਦਾ ਸਿੱਖ ਧਰਮ ਦੇ ਵਿੱਚ ਹਿੰਦੂਵਾਦ ਦਿੱਲੀ ਵਾਲਿਆਂ ਨੇ ਹੀ ਵਾੜਿਆ, ਠੀਕ ਆ, ਉਹ ਰੇਡੀਓ ਤੇ ਆ ਕੇ ਇੱਧਰ ਉੱਧਰ ਦੀਆਂ ਗੱਲਾਂ ਕਰਦੇ, ਸਾਰਿਆਂ ਨਾਲੋਂ ਜ਼ਿਆਦਾ ਕਰਵਾ ਚੌਥ ਦਿੱਲੀ ਵਾਲੀਆਂ ਸਾਡੀਆਂ ਬੀਬੀਆਂ ਭੈਣਾਂ ਰੱਖਦੀਆਂ ਸਿੱਖ ਧਰਮ ਚ ਜਿਹੜੀਆਂ, ਸਾਰਿਆਂ ਨਾਲੋਂ ਜ਼ਿਆਦਾ ਜਿਹੜੇ ਹੈਗੇ ਆ ਆਹ ਵਾਹਿਗੁਰੂ ਦਾ ਜਾਪ ਜਾਂ ਕੁਛ ਜਿੰਨਾ ਪਖੰਡਵਾਦ ਜਾਂ ਪੁਜਾਰੀਵਾਦ ਜਿਹਨੂੰ ਕਹਿ ਦਈਏ ਆਪਾਂ, ਉਹ ਸਾਡੇ ਦਿੱਲੀ ਵਾਲੇ ਭਰਾ ਹੀ ਕਰਦੇ। ਜਿਹੜਾ ਸਾਨੂੰ ਭੁਲੇਖਾ ਪੈਂਦਾ ਨਾ ਵੀ ਸਿੱਖ ਧਰਮ ਹੋਰ ਨੀਗਾ ਹਿੰਦੂ ਚੋਂ ਨਿਕਲਿਆ, ਉਹ ਇਹਨਾਂ ਦੇ ਕਰਕੇ ਹੀ ਸਾਨੂੰ ਸ਼ੋ ਹੁੰਦਾ, ਕਿਉਂਕਿ ਸਾਡੇ ਵੀ ਹੁਣ ਜਿਹੜੇ ਫਰੈਂਡ ਆ ਇੰਡੀਆ ਚ ਸਰਕਲ ਆ ਸਾਰੇ ਜੱਟ ਸਿੱਖ ਆ ਜਾਂ ਹੋਰ ਆ, ਉਹ ਕੋਈ ਵੀ ਇਹਨਾਂ ਚੀਜ਼ਾਂ ਚ ਨੀ ਪੈਂਦੇ, ਕੋਈ ਵਰਤ ਨੀ, ਕੋਈ ਲੈਣਾ ਨੀ, ਕੋਈ ਦੇਣਾ ਨੀ, ਕੋਈ ਪਖੰਡਵਾਦ ਚ ਨੀ ਪੈਂਦੇ ਉਹ, ਠੀਕ ਆ। ਪਰ ਜਿਹੜੇ ਆ ਦਿੱਲੀ ਵਾਲੇ ਸਾਡੇ ਵੀਰ ਆ ਇਹੀ ਜਿਹੜੇ ਆ ਨਾ ਉਹ ਮੱਥਾ ਟੇਕਣ ਦੀ ਬਜਾਏ ਨੱਕ ਰਗੜਦੇ ਆ ਗ੍ਰੰਥ ਸਾਹਿਬ ਦੇ, ਸਿਰਫ ਉਹਨੂੰ ਇਹੀ ਸੁਣਿਆ ਵੀਰ ਐਵੇਂ ਸਾਰਿਆਂ ਨੂੰ ਭੰਬਲ ਭੂਸੇ ਇੱਕ ਦੂਜੇ ਦੀ ਗੱਲ ਸੁਣ ਕੇ ਨਾ ਪਾਓ, ਕੋਈ ਕੁਛ ਨੀ ਗਾ, ਸਿਰਫ ਰੇਡੀਓ ਵਿਰਸਾ ਗੱਲ ਕਰਦਾ ਸਿਰਫ ਕਿੱਦਾਂ ਜ਼ਿੰਦਗੀ ਜੀਣੀ ਆ, ਬੰਦੇ ਨੂੰ ਡਿਵੈਲਪ ਕਿਵੇਂ ਹੋਣਾ, ਨਹੀਂ ਬਸ ਤੁਸੀਂ ਡਿਵੈਲਪਮੈਂਟ ਦੀ ਗੱਲ, ਆਪ ਸੁਰਖ ਨੂੰ ਹੋ ਗਏ ਨਾ, ਤੇ ਕੋਈ ਜਿਹੜਾ ਜਿਹਨੂੰ ਰੱਬ ਕਿਹਾ ਜਾ ਰਿਹਾ ਨਾ, ਰੱਬ ਤਾਂ ਤੁਹਾਡੀ ਮੁੱਠੀ ਦੇ ਵਿੱਚ ਆ, ਗ੍ਰਿਫਤ ਦੇ ਵਿੱਚ ਆ ਤੁਹਾਡੀ ਚ, ਏਦਾਂ ਉਹ ਤੋਂ ਤਾਂ ਬੈਠਕਾਂ ਕਢਾ ਲਿਓ ਭਾਵਾਂ ਤੁਸੀਂ। ਹੁਣ ਭਾਜੀ ਸਾਡੇ ਬਜ਼ੁਰਗਾਂ ਨੇ ਸਾਨੂੰ ਕਿਹਾ ਵੀ ਹਾਂਜੀ ਆ ਮਾਤਾ ਜੀ ਆ ਸ਼ਿਵ ਜੀ ਆ, ਸਾਡਾ ਧਰਮ ਕਹਿੰਦਾ ਇਹਨੂੰ ਮੱਥਾ ਟੇਕੋ, ਅਸੀਂ ਟੇਕ ਦਿੰਦੇ, ਉਹ ਕਹਿੰਦੇ ਗਾ ਤੁਹਾਡੀ ਮਰਜ਼ੀ ਆ ਤੁਸੀਂ ਕੀ ਕਰਨਾ। ਸਾਡੀ ਮਾਂ ਨੇ ਕਹਿੰਦਾ ਜੀ ਅੱਜ ਦੀਵਾਲੀ ਆ ਜੀ ਲਕਸ਼ਮੀ ਪੂਜਾ ਮੱਥਾ ਟੇਕ ਲਓ, ਅਸੀਂ ਟੇਕ ਲਿਆ ਜੀ, ਗੱਲ ਹੁਣ ਸਾਨੂੰ ਇਹ ਵੀ ਸਾਨੂੰ ਵੀ ਸਾਡੀ ਵੀ ਕਾਮਨ ਸੈਂਸ ਹੈ ਜੀ। ਹੁਣ ਜੇ ਮੰਨ ਲਓ ਵੈਸ਼ਨੋ ਦੇਵੀ ਆ ਜਾਂ ਕਿਤੇ ਹੋਰ ਆ ਇੰਨੇ ਧਾਰਮਿਕ ਸਥਾਨ ਆ ਵੀ ਜ਼ਰੂਰੀ ਥੋੜੀ ਹੁਣ ਉੱਥੇ ਹੀ ਬਣੇ, ਹਿਮਾਚਲ ਚ ਕਿਉਂ ਬਣੇ, ਹੁਣ ਮੈਂ ਮੋਗੇ ਦਾ ਸਾਡੇ ਮੋਗੇ ਕਿਉਂ ਨੀ ਬਣ ਗਈ ਵੈਸ਼ਨੋ ਦੇਵੀ, ਪਹਾੜਾਂ ਚ ਕਿਉਂ ਬਣ ਗਈ ਜਾ ਕੇ, ਤੇ ਕਾਮਨ ਸੈਂਸ ਆ। ਸਾਡੇ ਬਦਰੀਨਾਥ ਇੰਨੀ ਦੂਰ ਪਹਾੜਾਂ ਚ ਜਾ ਕੇ ਕਿਉਂ ਬਣ ਗਿਆ, ਕਿਤੇ ਉੱਥੇ ਬਣ ਜਾਂਦਾ ਇੱਥੇ ਤਰਨ ਤਾਰਨ ਬਣ ਜਾਂਦਾ, ਕਿਉਂ ਕਿਉਂ ਬਣਿਆ ਇਹ ਉੱਥੇ ਕਿਉਂ ਬਣਾਇਆ, ਇਹ ਸਭ ਪੁਜਾਰੀਆਂ ਨੇ ਬਣਾਇਆ, ਉੱਧਰ ਕੰਮ ਨੀ ਕਾਰ ਨੀ ਕੋਈ ਲੈਣਾ ਨੀ ਕੋਈ ਦੇਣਾ ਨੀ ਇਨਕਮ ਦਾ ਸਾਧਨ ਨੀ, ਇਹ ਲੋਕਾਂ ਨੇ ਕੀ ਆ ਸੋਚ ਵਿਚਾਰ ਕੇ ਉੱਥੇ ਇੰਨੀ ਇੰਨੀ ਦੂਰ ਬਣਾਤੇ ਵੀ ਚਲੋ ਉਹਨਾਂ ਦੀ ਰੋਜੀ ਰੋਟੀ ਚੱਲਦੀ, 6 ਮਹੀਨੇ ਲੋਕ ਜਾਂਦੇ ਆ ਉਹਨਾਂ ਦੀਆਂ ਸਾਲ ਦੀਆਂ ਰੋਟੀਆਂ ਬਣ ਜਾਂਦੀਆਂ, ਇਹ ਟੂਰਿਸਟ ਸਪੋਟ ਬਣਾਤੇ। ਹੁਣ ਸਾਡੇ ਇੱਥੇ ਕਹਿੰਦੇ ਜੀ ਚਿੰਤਪੁਰਨੀ ਮਾਤਾ ਤੇ ਜਾਣਾ ਜੀ, ਹੁਣ ਕੀ ਆ ਇੱਕ ਪਿਕਨਿਕ ਸਪੋਟ ਬਣੇ ਹੋਏ ਆ, ਠੀਕ ਆ ਜੀ, ਉੱਥੇ ਇੰਨੇ ਇੰਨੇ ਲੰਗਰ ਲੱਗਦੇ ਆ ਜੀ, ਖੀਰ ਦਾ ਜੀ ਉਹਦਾ ਜੀ, ਘੱਟੋ ਘੱਟ 25 ਤਰ੍ਹਾਂ ਦੇ ਪਕਵਾਨ ਸਟਾਲ ਤੇ, ਯਾਰ ਇਹਨਾਂ ਚੀਜ਼ਾਂ ਦੀ ਕੀ ਲੋੜ ਹੈ, ਇੱਕ ਪਿਕਨਿਕ ਸਪੋਟ ਆ, ਠੀਕ ਆ। ਪਰ ਲੋਕਾਂ ਨੂੰ ਥੋੜਾ ਸਮਝਣਾ ਚਾਹੀਦਾ। ਬਾਕੀ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੀ, ਜਿਹੜੇ ਹਿੰਦੂ ਲੋਕ ਹੈ ਨਾ ਉਹ ਇਸ ਚੀਜ਼ ਨੂੰ ਸਮਝ ਚੁੱਕੇ, ਜਿਹੜੀ ਨਵੀਂ ਜਨਰੇਸ਼ਨ ਹੈ ਨਾ ਉਹ ਇਸ ਚੀਜ਼ ਨੂੰ ਸਮਝ ਚੁੱਕੀ ਆ, ਉਹ ਜਾਂਦੇ ਆ ਅੱਜ ਮੰਗਲਵਾਰ ਆ ਮੱਥਾ ਟੇਕਿਆ, ਮੰਦਿਰ ਤੋਂ ਸਿੱਧਾ ਆਉਂਦੇ ਹੀ ਪਹਿਲਾਂ ਹੋਟਲ ਸ਼ੋਪ ਤੇ ਜਾਂਦੇ ਆ, ਉਹ ਨੀ ਇਹਨਾਂ ਚੀਜ਼ਾਂ ਨੂੰ ਇੰਨਾ ਨੀ, ਉਹ ਸਿਰਫ ਇੱਕ ਦਿਖਾਵਾ ਵੀ ਨੀ ਕਰਦੇ, ਬਸ ਠੀਕ ਆ ਜੀ ਮਾਤਾ ਹੈਗੀ ਆ, ਮਾਤਾ ਨੇ ਕਿਹਾ ਵੀ ਮੱਥਾ ਟੇਕਣਾ, ਫੋਨ ਆ ਗਿਆ ਇੰਡੀਆ ਤੋਂ ਅੱਜ ਜੀ ਫਲਾਨਾ ਵਰਤ ਅੱਜ ਰੱਖ ਲਓ, ਰੱਖ ਲਿਆ ਜੀ, ਫਿਰ ਉਹ ਇੱਥੋਂ ਤੱਕ ਧਰਮ ਨੂੰ ਉਹ ਮੰਨ ਰਹੇ ਆ, ਕੋਈ ਇੰਨਾ ਉਹ ਨੀ ਕਰਦੇ। ਸਮਾਂ ਬਦਲ ਗਿਆ, ਮੈਂ ਤੁਹਾਨੂੰ
ਤਿੰਨ ਸਾਲ ਤੋਂ ਸੁਣਦਾ ਆ ਰਿਹਾ, ਤੁਹਾਡਾ ਕਿਸੇ ਦੇ ਨਾਲ ਕੋਈ ਰੌਲਾ ਨੀ। ਸਿਰਫ ਤੁਸੀਂ ਜਿਵੇਂ ਹੁਣ ਇਲੈਕਸ਼ਨ ਹੋ ਜਾਂਦਾ ਨਾ, ਉਸ ਤੋਂ ਬਾਅਦ ਕਹਿੰਦੇ ਜੀ ਹਾਂਜੀ ਮੀਟਿੰਗ ਕਰੋ, ਪੜਚੋਲ ਕਰੋ ਵੀ ਹੋਇਆ, ਗਲਤੀਆਂ ਕਿੱਥੇ ਹੋਈਆਂ? ਤੁਸੀਂ ਉਹ ਕਰ ਰਹੇ ਹੋ, ਤੁਹਾਡਾ ਤੂੰ ਹੋ ਗਿਆ ਠੀਕ ਹੈ, 84 ਹੋ ਗਿਆ, ਨਾ ਉਹ ਮੁੜ ਕੇ ਹੁਣ ਕੁਛ ਹੋਣਾ, ਨਾ ਤੁਸੀਂ ਕੁਛ ਕਰ ਸਕਦੇ, ਸਿਰਫ ਇੱਕ ਪੜਚੋਲ ਹੋ ਰਹੀ ਹੈ। ਨਹੀਂ ਜ਼ਰੂਰੀ ਹੈ ਜੀ, ਨਾਲੇ ਉਹ ਤੋਂ ਗਾਹਾਂ ਕਿੱਦਾਂ ਵਿਚਰਨਾ ਅਸੀਂ? ਅਸੀਂ ਤਾਂ ਸਾਰੀ ਸਾਰੀ ਦੁਨੀਆ ਇਹਨਾਂ ਮੁਲਕਾਂ ਦੇ ਵਿੱਚ ਕਲਾਸ ਦੇ ਵਿੱਚ ਬੱਚੇ ਪੜ੍ਹਦੇ ਆ, ਉੱਥੇ ਹਰੇਕ ਧਰਮ ਦਾ, ਹਰੇਕ ਜਾਤ ਦਾ, ਹਰੇਕ ਨਸਲ ਦਾ ਬੱਚਾ ਆ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਉਹਦੇ ਨਾਲ, ਨਹੀਂ ਪੈਂਦਾ ਜੀ। ਠੀਕ ਹੈ, ਬੱਚਾ ਬੱਚੇ ਦੇ ਨਾਲ ਇੱਦਾਂ ਨਾ, ਉਹ ਇਹ ਪੁੱਛਦਾ ਵੀ ਤੇਰੇ ਮਾਪੇ ਕੌਣ ਆ, ਕਿੱਥੇ ਪਲਿਆ ਆ, ਤੂੰ ਯਤੀਮ ਆ, ਨਹੀਂ ਡੈਡੀ ਮੰਮੀ ਦਾ ਡਿਵੋਰਸ ਹੋਇਆ, ਨਹੀਂ ਡੈਡੀ, ਹਰੇਕ ਨੂੰ ਬਰਾਬਰ ਦਾ ਹੱਕ ਆ, ਔਰ ਬਰਾਬਰੀ ਦੇ ਨਾਲ ਉਹਨਾਂ ਨਾਲ ਵਿਹਾਰ ਕੀਤਾ ਜਾਂਦਾ। ਉਹੀ ਹੈ ਨਾ ਜੀ, ਇਹੀ ਚੀਜ਼ਾਂ ਬਸ। ਬਹੁਤ ਬਹੁਤ ਧੰਨਵਾਦ ਜੀ, ਬਸ ਤੁਹਾਡਾ ਮੇਨ ਤਾਂ ਸੁਣਨ ਦਾ ਪ੍ਰੋਗਰਾਮ ਇਹੀ ਹੁੰਦਾ ਜੀ, ਜਿਹੜਾ ਤੁਹਾਡਾ ਜ਼ਿੰਦਗੀ ਦਾ ਤਜਰਬਾ, ਤੁਸੀਂ ਜਿੱਦਾਂ ਲੋਕਾਂ ਨੂੰ, ਤੁਹਾਨੂੰ ਕੋਮਨ ਸੈਂਸ ਰੱਬ ਨੇ ਇੱਕ ਵੱਖਰੀ ਦਿੱਤੀ ਆ ਤੇ ਬੰਦੇ ਨੂੰ ਪਰਖਣ ਦੀ, ਇਹਨਾਂ ਚੀਜ਼ਾਂ ਕਰਕੇ ਸੁਣੀਦਾ। ਹੋਰ ਮੇਰਾ ਕੋਈ ਧਰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਨਾਲ ਇੱਕ ਧਰਮ ਦੀ ਜਿਹੜੀ ਬਹਿਸ ਹੈ ਜੀ ਉਹ ਕਦੇ ਖਤਮ ਨਹੀਂ ਹੋ ਸਕਦੀ, ਇੱਕ ਰਾਜਨੀਤੀ ਦੀ ਬਹਿਸ ਨਹੀਂ। ਉਹ ਤਾਂ ਤੁਹਾਡੀ ਮਨੌਤ ਦੇ ਉੱਤੇ ਹੈ ਨਾ, ਤੁਸੀਂ ਮਨੌਤ ਜਿੱਦਾਂ ਦੀ ਮਰਜ਼ੀ ਬਣਾ ਲਓ, ਤੁਸੀਂ ਕਹੀ ਜਾਓ ਮੇਰਾ ਵਿਸ਼ਵਾਸ ਹੈ ਇਹ, ਮੈਂ ਮੰਨਦਾ ਇੱਦਾਂ, ਫਿਰ ਉਹ ਖਤਮ ਕਿੱਦਾਂ ਹੋ ਜਾਊਗੀ? ਹਾਂਜੀ ਹਾਂਜੀ, ਤੱਥ ਤੇ ਆਧਾਰਿਤ ਤਾਂ ਹੈ ਹੀ ਨਹੀਂ ਕੋਈ। ਹਾਂਜੀ ਹਾਂਜੀ, ਕਿਸੇ ਦੀ ਮਨੌਤ ਨੂੰ ਕਾਹਦੇ ਨਾਲ ਪਰਖਿਆ ਜਾਊਗਾ? ਉਹ ਤਾਂ ਪੈਮਾਨਾ ਹੀ ਕੋਈ ਲੱਗਣਾ ਨਹੀਂ। ਨਹੀਂ, ਥੈਂਕ ਯੂ ਵੀਰੇ।